ਵਾਹ ਉਹ ਦੁਨੀਆ ਦਿਆ ਮਾਲਕਾ, ਖੇਲ ਤੇਰੇ ਵੀ ਬੜੇ ਹਵਾਲੇ ਨੇ। ਸਿੱਖ ਕੌਮ ਦਾ ਸਿਦਕ ਅਜ਼ਮਾਉਣ ਲਈ ਅੱਜ ਫਿਰ ਨਵੇਂ ਮੁਲਾਜ਼ਮ ਘੱਲੇ ਨੇ। ਕਦੇ ਹਰਿਮੰਦਰ ਸਾਹਿਬ 'ਤੇ ਹਮਲਾ, ਕਦੇ ਜੱਲਿਆਂ ਵਾਲੇ ਬਾਗ ਦਾ ਖੂਨੀ ਕਾਂਡ। ਹਾਲੇ ਤੱਕ ਤਾਂ ਸਾਡੇ ਜ਼ਖਮ ਵੀ ਸਨ ਨਹੀਂ ਭਰੇ, ਤੂੰ ਝੋਲੀ ਪਾ ਦਿੱਤਾ 84 ਵਾਲਾ ਕਾਂਡ। ਕੀ ਹੋਇਆ ਤਦ ਸਿੱਖਾਂ ਦੇ ਨਾਲ, ਸ਼ਾਇਦ ਹੀ ਕਿਸੇ ਨੂੰ ਪਤਾ ਹੋਣਾ ਆ। ਅਜੇ ਤੱਕ ਨਾ ਮਿਲਿਆ ਇਨਸਾਫ ਉਹਨਾਂ ਕਿਸਮਤ ਦਿਆਂ ਮਾਰਿਆਂ ਨੂੰ, ਬਸ ਇਸੇ ਗੱਲ ਦਾ ਤਾਂ ਰੱਬਾ ਰੋਣਾ ਆ। ਫਿਰ ਵੀ ਨਾ ਮਨ ਭਰਿਆ ਜਦ ਸਰਕਾਰਾਂ ਦਾ, ਤਾਂ ਸੀਸ ਗੰਜ ਸਾਹਿਬ ਦਾ ਮੁੱਦਾ ਉਠਾ ਦਿੱਤਾ। ਜਿੱਥੇ ਹਜ਼ਾਰਾਂ ਪਿਆਸਿਆਂ ਦੀ ਪਿਆਸ ਮਿਟਦੀ ਸੀ, ਉਹ ਪਿਆਓ ਹੀ ਪਲ ਵਿੱਚ ਢਾ ਦਿੱਤਾ। ਕਿਉਂ ਭੁੱਲ ਗਏ ਉਹ ਪਿਆਰਿਓ ਉਸ ਸਮੇਂ ਨੂੰ, ਜਦ ਹਿੰਦੂ ਕੌਮ 'ਤੇ ਮੁਸੀਬਤ ਆਈ ਸੀ, ਸਭ ਲੁੱਕ ਗਏ ਸੀ ਆਪਣੇ ਘਰ ਘਰ ਜਾ ਕੇ, ਤਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਆਵਾਜ਼ ਉਠਾਈ ਸੀ। ਸੀਸ ਤੱਕ ਹੀ ਵਾਰ ਦਿੱਤਾ ਜਿਨ੍ਹਾਂ, ਸਿਰਫ ਹਿੰਦੂ ਕੌਮ ਬਚਾਉਣ ਦੇ ਲਈ। ਅੱਜ ਇੱਕ ਮਿੰਟ ਨਾ ਲਾਇਆ ਹਿੰਦੁਸਤਾਨ ਦੀ ਸਰਕਾਰ ਨੇ ਉਹਦੇ ਘਰ ਦਾ ਹੀ ਹਿੱਸਾ ਢਾਹੁਣ ਲਈ। ਹੰਝੂ ਜੀਤ ਦੀਆਂ ਅੱਖਾਂ ਵਿੱਚ ਵੀ ਆ ਗਏ ਅੱਜ, ਹਾਲ ਕਲਯੁੱਗ ਜ਼ਮਾਨੇ ਦਾ ਵੇਖ ਕੇ। ਦੇਖ ਕੀ ਹੋ ਗਿਆ ਤੇਰੀ ਬਣਾਈ ਹੋਈ ਦੁਨੀਆ ਨੂੰ ਰੱਬਾ, ਅੰਦਾਜ਼ਾ ਲਾਈ ਇਹ ਸਭ ਹੁੰਦਾ ਦੇਖ ਕੇ। ਵਾਹ ਉਹ ਪੋਲੀਟਿਕਸ ਦੀ ਕੁਰਸੀ ਦੇ ਪਿਆਰਿਓ, ਤੁਹਾਡੀ ਸੋਚ ਦੇ ਵੇ ਕੀ ਕਹਿਣੇ ਨੇ, ਪਰ ਯਾਦ ਰੱਖਣਾ ਤਖਤੋ ਤਾਜ ਤਾਂ ਔਰੰਗਜ਼ੇਬ ਦੇ ਨਾ ਰਹੇ, ਤੁਹਾਡੇ ਵੀ ਕਿੱਥੋਂ ਰਹਿਣੇ ਨੇ।